ਵਡਭਾਗੀ ਹੋ ਸਾਧ ਸੰਗਤ ਜੀ ਜਿਹੜੇ ਸੰਤ ਬਾਬਾ ਨੱਥਾ ਸਿੰਘ ਜੀ ਦੇ ਇਹ ਪਾਵਨ ਪਵਿੱਤਰ ਜੋੜ ਮੇਲਾ ਮਨਾ ਰਹੇ ਹੋ ਜਿਹੜੇ ਸਿੰਘਾਂ ਨੇ ਪਾਠੀ ਸਿੰਘਾਂ ਨੇ ਪਾਠ ਸਾਹਿਬ ਕੀਤਾ ਹੈ ਬੇਨਤੀ ਕੀਤੀ ਹੈ ਪ੍ਰਬੰਧਕ ਕਮੇਟੀ ਤਰਫੋਂ ਕਿ ਆਪਣੇ ਸਰੋਪੇ ਲੈਣ ਜੀ ਆਓ ਸਾਧ ਸੰਗਤ ਜੀ ਸਮੇਂ ਦਾ ਘਾਟਾ ਕਰਕੇ ਸਾਰਿਆਂ ਨੇ ਮਿਲ ਬਾਂਟ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਏਕਾਗਰ ਚਿੱਤ ਬੇਨਤੀ ਹੈ ਜਿਹੜੇ ਵੀਰ ਆਪਾਂ ਖੜ੍ਹੇ ਹਾਂ ਉਹ ਬਹਿ ਜਾਈਏ ਸੰਗਤਾਂ ਕੀਰਤਨ ਸੁਣ ਸਕੀਏ ਬੜਾ ਸਮਾਂ ਇਹ ਸੱਚੇ ਪਾਤਸ਼ਾਹ ਜੀ ਦਾ ਸੁਭਾਗਾ ਪ੍ਰਾਪਤ ਹੋਇਆ ਜੇ ਸੰਤ ਬਾਬਾ ਨੱਥਾ ਸਿੰਘ ਜੀ ਦੇ ਪਾਵਨ ਪਵਿੱਤਰ ਦਰਬਾਰ 'ਚ ਬੈਠੇ ਹੋ ਇਸੇ ਤਰੀਕੇ ਦੇ ਸੰਤ ਮਹਾਤਮਾ ਸੰਤ ਬਾਬਾ ਹਿੰਮਤ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਕਾਰ ਜਿਹੜੀ ਬਾਣੀ ਦਰਜ ਹੈ ਭਗਤ ਨਾਮਦੇਵ ਜੀ ਉਹ ਵੀ ਬੜੇ ਸੰਤ ਭਗਤ ਹੋਏ ਨੇ ਆਓ ਦੋ ਮਿੰਟ ਦਾ ਸ਼ਬਦ ਭਗਤ ਨਾਮਦੇਵ ਜੀ ਦਾ ਆਪਾਂ ਸਰਵਣ ਕਰਨਾ ਹੈ ਨਾਲ ਹੀ ਸੋਚਣਾ ਹੈ ਕਿਸ ਤਰੀਕੇ ਦੀ ਭਗਤੀ ਕੀਤੀ ਜਾਂਦੀ ਹੈ ਕਿਸ ਤਰੀਕੇ ਦੇ ਸਰਵਣ ਕੀਤਾ ਜਾਂਦਾ ਹੈ संत शरण जो जन पर सो जन उदरन हार संत की निंदा नानका बहुर बहुर ज्यों ज्यों नाम हर गुण उचरे भगत जना को देहोरा फिरे भगत जना को ज्यों ज्यों नाम हर गुण उचरे भगत जना को देहोरा फिरे भगत जना को देहोरा फिरे ज्यों ज्यों नाम हर भगत जना को देहोरा फिरे भगत जना को देहोरा फिरे ਉਸ ਹਰੀ ਪਰਮਾਤਮਾ ਠਾਕੁਰ ਦੇ ਦਰਸ਼ਨ ਕਰੀਏ ਸਾਧ ਸੰਗਤ ਜੀ ਜਦੋਂ ਭਗਤ ਨਾਮਦੇਵ ਜੀ ਦਰਸ਼ਨ ਕਰਨ ਗਏ ਤਾਂ ਉੱਥਾਂ ਦੇ ਪੰਡਿਤਾਂ ਨੇ ਪੰਡਿਤਾਂ ਨੇ ਦੁਨੀਆਂ ਨੇ ਮੈਨੂੰ ਵਿਸਾਰ ਦਿੱਤਾ ਅਤੇ ਤੂੰ ਤੋਂ ਨਾ ਵਿਸਾਰ ਕਿਉਂਕਿ ਮੈਂ ਤੋਂ ਹਸਤ ਖੇਲਤ ਤੇਰੇ ਦੁਹਰੇ ਆਇਆ
ਭਗਤ ਗਰਤ ਨਾਮਾ ਪਕੜ ਉਠਾਇਆ। ਮੈਂ ਤਾਂ ਹੱਸਦੇ ਖੇਲਦੇ ਆਇਆ ਸੀ ਸੱਚੇ ਪਾਤਸ਼ਾਹ ਜੀ, ਇਹਨਾਂ ਨੇ ਮੇਰੇ ਨਾਲ ਕੀ ਕੀਤਾ। ਕਦੋਂ ਵੀ ਸਾਧ ਸੰਗਤ ਜੀ, ਆਪ ਜੀ ਨੇ ਕਦੋਂ ਮਹਾਰਾਸ਼ਟਰ ਜਾਣਾ ਹੋਵੇ, ਹਜ਼ੂਰ ਸਾਹਿਬ ਤੋਂ 130 ਕਿਲੋਮੀਟਰ ਦੀ ਦੂਰੀ 'ਤੇ ਨਾਗ ਵੰਡਾ ਦਾ ਮੰਦਰ ਹੈ, ਉੱਥੇ ਭਗਤ ਜੀ ਭਗਤੀ ਕਰਦੇ ਸੀ। ਜਦੋਂ ਮੰਦਰ ਦੇ ਪਿਛਵਾੜੇ ਬੈਠ ਕੇ ਭਗਤ ਜੀ ਰੋਣ ਲੱਗੇ ਤਾਂ ਸਾਧ ਸੰਗਤ ਜੀ, ਉਹ ਮੰਦਰ ਦਾ ਮੁੱਖ ਹੀ ਭਗਤ ਜੀ ਵੱਲ ਹੋ ਗਿਆ। ਅੱਜ ਵੀ ਤੁਸੀਂ ਜਾ ਕੇ ਦੇਖੋਗੇ ਕਿ ਉਹ ਜਿਹੜਾ ਨਾਗ ਵੰਡਾ ਦਾ ਮੰਦਰ ਹੈ, ਉਹਦਾ ਮੁੱਖ ਪੱਛਮ ਦਿਸ਼ਾ ਵਿੱਚ ਹੈ। ਸਾਰੇ ਮੰਦਰਾਂ ਦਾ ਮੁੱਖ ਪੂਰਬ ਦਿਸ਼ਾ ਨੂੰ, ਅਤੇ ਭਗਤ ਨਾਮਦੇਵ ਜੀ ਇੱਥੋਂ ਬਾਹਰ ਕੱਢੇ ਗਏ ਸੀ, ਉਹਦਾ ਮੁੱਖ ਜਿਹੜਾ ਹੈ ਉਹ ਪੱਛਮ ਦਿਸ਼ਾ ਨੂੰ ਹੈ। ਸਾਇੰਸ ਵੀ ਇਸ ਗੱਲ ਨੂੰ ਸੋਚਣ ਨੂੰ ਮਜਬੂਰ ਹੈ ਕਿ ਵੀ ਮੰਦਰ ਦਾ ਮੁੱਖ ਪੱਛਮ ਨੂੰ ਕਿਉਂ ਹੋ ਗਿਆ। ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਹਸਤ ਖੇਲਤ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹਸਤ ਖੇਲਤ ਤੇਰੇ ਦੇਹੋਰੇ ਭਗਤ ਕਰਤ ਨਾਮਾ ਪਕੜ ਉਠਾਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਜਿਉਂ ਜਿਉਂ ਨਾਮਾ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕਾ ਦੇਹੁਰਾ ਫਿਰੈ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਲੈ ਕਮਲੀ ਜਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾ, ਲੈ ਕਮਲੀ
चलो पलटाए देहोरे पाछे बैठा जाए देहोरे पाछे बैठा जाए ज्यों ज्यों नामा हर गुण उचरे भगत जना को देहोरा फिरे सत्संग जी देहोरा कहिंदे ने मंदर नूं अपनी कमली लैके मंदिर के पिछवाड़े बैठ गए भगत जी ते अरदास पाए करने सच्चे पातशाह के लिए केड़ी भुलो ही है साडे कोलों कि अज सानूं उस मंदिर तो बाहर कढ़ दिता ज्यों ज्यों नामा हर गुण उचरे भगत जना को देहोरा फिरे ज्यों ज्यों नामा हर गुण उचरे भगत जना देहोरा फिरे ए सच्चे पातशाह जी ये अरदास जोदड़ी है कि वो तो जानी जानने समा हो चुका है सत्संग जी सिर्फ दो मिनट आप जी नूं समझाउणा करना बहुत जरूरी है हुणे श्री गुरु ग्रंथ साहिब जी दे भोग पै रहे सी संगतां बड़े शांति श्रद्धा नाल बैठे सी लेकिन पता नहीं क्यों जिवें अरदास हुई ते सारिया ने पता नहीं केड़ा कम याद आ गया एहो जे कीर्तन समागम सालां असी इंतजार करदे आ जदों जाके नंबर आउंदा है आपां नूं इह कीर्तन इह कथा वार्ता जरूर सुननी चाहीदी है सिर्फ दो मिनट दा समा गुरु अर्जन देव सच्चे पातशाह जी महाराज दरबार जाण वास्ते नौ सिंह अपने पिंडों चले ध्यान नाल सुनना सच्चे पातशाह जी संगतां दियो आप जी नूं पता लगेगा कि साड़ी सोच कित्थे है नौ वीर अपने चले गुरु अर्जन देव सच्चे पातशाह जी हरिमंदर साहब दर्शन करन सतसंग जी जदों पहुंचे तो रस्ते में जंगल पै गया तो जंगल दे विच उन्हां दे अगे काले रंग का सप आ गया नौ बंदियां विचों एक ने कहा भाई फटाफट इहनूं मारो किते सानूं ना खा जावे दूजे ने कहा भाई चलो रस्ता बदल लेने आ तीजा कुछ होर चौथा कुछ होर सारियां दे अलग अलग विचार रस्ता बदलिया जी दूजे रस्ते तो गए सप फिर सामने आ गया भाई की गलती हो गई की गुना हो गई सप साडे पिछे क्यों पै गया सतसंग जी तीजा रस्ता बदलिया सप फिर सामने आ गया उन्हां विचों एक सिंह सी नौ वीरां विचों जेड़े हरिमंदर साहब गुरु अर्जन देव जी दे दर्शन करन जा रहे से एक सिंह ने कहा भाई ऐ लगता है कि जेड़ा सप है ना ये साढ़े नाल जाना चाहता है इन्होंने भी दर्शन करने ने सतसंग जी बड़ी अजीब सोच सी की करिए पहला साधन नहीं होंदे सी जेड़े घड़े दे विच रोटियां प्रसादे ले आए सी वह घड़ा खाली किया ते घड़ा अगे रखिया ते अरदास कीती जे ए नाग देवता हे सप जे तू साडे नाल जाना चाहता है तो घड़े विच आ जा सतसंग जी वह नाग वह सप घड़े विच आ गया उस सप नूं बंद करके चले अगे गुरु अर्जन देव जी दरबार च पहुंचे ते बार बूहे दे बार उस घड़े नूं रख दिता ते आप नौ जने दर्शन करन गए घट घट के पट पट की जाने भले बुरे की पीर पछाने वो सारे नूं जानता है किस करके आप बैठे हैं इत्थे सतसंगत जी गुरु अर्जन सच्चे पातशाह जी ने कहा पंजवीं पौड़ी गुरु नानक साहब जी दी क्या तुसी नौ जने किन्ने जने पिंड तो आए हो कहिंदा सास गुरु महाराज असी नौ जने आए हैं कहिंदा नहीं एक सिंह घट है हैरान हो गए कि भाई असी तो नौ ही घरों आया ये सच्चे पातशाह गुरु अर्जन देव जी ये क्यों कहते हैं कि एक सिख घट है कहिंदा नहीं एक सिख घट है बाबा जी असी तो नौ ही आए हाँ
ਕਹਿੰਦਾ ਜਿਹੜੇ ਬਾਹਰ ਤੁਸੀਂ ਗੇਟ ਤੇ ਬਿਠਾ ਕੇ ਆਇਓ ਉਹ ਮੇਰਾ ਸਿੰਘ ਹੈ ਉਹਨੂੰ ਅੰਦਰ ਲਿਆਓ। ਕਹਿੰਦਾ ਮਹਾਰਾਜ ਉਹ ਤਾਂ ਸੱਪ ਹੈ। ਕਹਿੰਦਾ ਅੰਦਰ ਲੈ ਕੇ ਆਓ। ਘੜਾ ਖੋਲਿਆ ਗਿਆ ਦਰਬਾਰ ਦੇ ਵਿੱਚ, ਸੱਪ ਨੇ ਬਾਹਰ ਨਿਕਲਿਆ ਤੇ ਆਪਣੇ ਫੜ ਨੂੰ ਥੱਲੇ ਕੀਤਾ ਸਿਰ ਨੂੰ ਤੇ ਫਿਰ ਅੰਦਰ ਚਲਾ ਗਿਆ। ਮਹਾਰਾਜ ਬੜੀ ਗਹਿਰੀ ਗੱਲ ਹੈ ਕਿ ਗੁਰੂ ਦਾ ਸਿੱਖ ਹੋਵੇ ਤੇ ਸੱਪ ਦੀ ਜੋਨੀ ਕਿਉਂ? ਕਿਉਂਕਿ ਗੁਰੂ ਦਾ ਸਿੱਖ ਤੋਂ ਦਾਨ ਦੱਛਣਾ ਨਿਤਨੇਮ ਪਰੋਪਕਾਰ ਵਿੱਚ ਦਿਨ ਲੰਘਦਾ ਹੈ, ਪਰੋਪਕਾਰ ਵਿੱਚ ਜੀਵਨ ਲੰਘਦਾ ਹੈ, ਇਹ ਸੱਪ ਦੀ ਜੋਨੀ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਇੱਕ ਲਾਈਨ ਆਇਆ ਹੈ, ਇਹ ਹੈ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੇ ਜੋ ਮਰੈ ਸਰਪ ਜੋਨ ਵੱਲ ਵੱਲ ਉਤਰੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸਮਝਾਉਣਾ ਕੀਤਾ ਕਿ ਇਹ ਸਿੱਖ ਸਾਡੇ ਦਰਬਾਰ ਦਾ ਬਹੁਤ ਵੱਡਾ ਸੇਵਕ ਸੀ, ਲੇਕਿਨ ਇਹਨੂੰ ਚੋਰੀ ਦੀ ਆਦਤ ਸੀ, ਧਨ ਦਾ ਪ੍ਰੇਮ ਸੀ। ਚੋਰੀ ਦਾ ਭਾਵ ਸਮੇਂ ਦੀ ਚੋਰੀ, ਧਨ ਦੀ ਚੋਰੀ, ਮਨ ਦੀ ਚੋਰੀ, ਕਿਸੇ ਤਰੀਕੇ ਦੀ ਚੋਰੀ ਹੋ ਸਕਦੀ ਹੈ ਤੇ ਇਹਦੀ ਆਦਤ ਬੜੀ ਭੈੜੀ ਸੀ, ਇਸ ਕਰਕੇ ਇਹਨੂੰ ਸੱਪ ਦਾ ਜੋਨ ਮਿਲਿਆ। ਸਾਧ ਸੰਗਤ ਜੀ ਸਾਨੂੰ ਸਮਝਣਾ ਚਾਹੀਦਾ ਹੈ, ਪਤਾ ਨਹੀਂ ਕਿੱਥੇ ਸਾਡੇ ਸਾਹ ਨਿਕਲ ਜਾਣ। ਜਿਹੜਾ ਸਮਾਂ ਸਾਨੂੰ ਪ੍ਰਾਪਤ ਹੋਇਆ ਉਹ ਗੁਰੂ ਦੀ ਹਜ਼ੂਰੀ 'ਚ, ਗੁਰੂ ਦੇ ਕੀਰਤਨ 'ਚ ਪਾਈਏ। ਜੀ ਨਹੀਂ ਕਰਦਾ ਕਿ ਆਪਾਂ ਕੀਰਤਨ ਕਥਾ ਛੱਡੀਏ, ਲੇਕਿਨ ਸਮਾਂ ਦਾ ਖਿਆਲ ਰੱਖਣਾ ਹੈ। ਜਿਹੜਾ ਸਮਾਂ ਮਿਲਿਆ ਹੈ, ਪ੍ਰਬੰਧਕ ਕਮੇਟੀ ਦਾ ਧੰਨਵਾਦ, ਸੱਚੇ ਪਾਤਸ਼ਾਹ ਦਾ ਕੋਟਾ ਅਨਕੋਟ ਸ਼ੁਕਰ ਹੈ ਕਿ ਉਹਨਾਂ ਨੇ ਦਰਸ਼ਨ ਦਿੱਤੇ। ਇਹਨਾਂ ਕੀ ਸੇਵਾ ਪ੍ਰਵਾਨ ਕਰਨੀ ਜੀ, ਆਓ ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।